ਤੁਸੀਂ ਇੰਨੇ ਟਾਈਮ ਬੈਠੇ ਹੋ ਸਰ, ਇਹ ਜਿਹੜੀ ਮੀਟਿੰਗ ਆ ਤੁਹਾਨੂੰ ਪਤਾ ਦਿਸ਼ਾ ਦੀ ਮੀਟਿੰਗ ਆ ਜਿਹਦੇ ਵਿੱਚ ਐਮ ਪੀ ਐਮ ਐਲ ਏ ਸਾਹਿਬਾਨ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ, ਮੇਅਰ ਸਾਹਿਬਾਨ, ਸਾਡੇ ਬਲਾਕ ਸਮਿਤੀਆਂ ਦੇ ਚੇਅਰਮੈਨ ਸਾਹਿਬਾਨ, ਸਾਡੇ ਕਮੇਟੀਆਂ ਦੇ ਪ੍ਰਧਾਨ ਅਤੇ ਮੈਂਬਰ, ਬਾਕੀ ਜਿਹੜੇ ਜਿਹੜੇ ਅਲੱਗ ਅਲੱਗ ਐਨ ਜੀ ਓਜ਼ ਦੇ ਮੈਂਬਰ ਹੁੰਦੇ ਆ, ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਜਿਹੜੀਆਂ ਵੀ ਸੈਂਟਰ ਦੀਆਂ ਸਕੀਮਾਂ ਹੈ ਉਹਨਾਂ ਨੂੰ ਅਤੇ ਸਟੇਟ ਦੇ ਨਾਲ ਕਿਵੇਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਜਿਹੜਾ ਉਹ ਚਲਾ ਰਿਹਾ ਹੈ ਉਹਦੇ ਬਾਰੇ ਵਿਚਾਰ ਤੁਹਾਨੂੰ ਪਤਾ, ਤੁਸੀਂ ਵੀ ਹਰ ਵਾਰੇ ਮੀਟਿੰਗ ਅਟੈਂਡ ਕਰਦੇ ਹੋ, ਦੇਖਦੇ ਹੋ। ਅੱਜ ਮੈਂ ਸਮਝਦਾ ਡੀ ਸੀ ਵੀ ਪਹਿਲੀ ਮੀਟਿੰਗ ਸੀ ਉਹਨਾਂ ਦੀ, ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਤੇ ਉਹਨਾਂ ਦੇ ਐਮ ਐਲ ਏ ਸਾਹਿਬਾਨ ਵੀ, ਉਹਨਾਂ ਦੀ ਵੀ ਪਹਿਲੀ ਮੀਟਿੰਗ ਸੀ, ਇਸ ਕਰਕੇ ਅੱਜ ਕਈ ਗੱਲਾਂ ਹੈ ਜਿਹੜੀਆਂ ਉਹ ਪਹਿਲੀ ਵਾਰ ਸੀ ਅਤੇ ਤਿੰਨ ਮਹੀਨੇ ਬਾਅਦ ਹੁਣ ਇਹਦਾ ਜਿਹੜਾ ਇਹ ਜ਼ਿਆਦਾ ਰਿਵਿਊ ਆ ਜਿਹੜਾ ਉਹ ਕੀਤਾ ਜਾਊ। ਸਰ ਕੁੱਲ ਮਿਲਾ ਕੇ ਲੱਗਦਾ ਵਾ ਕਿ ਸ਼ਹਿਰ 'ਚ ਕਮੀਆਂ ਹੈਗੀਆਂ? ਨਹੀਂ, ਮੈਂ ਕਹਿੰਦਾ ਕੋਈ ਵੀ ਚੀਜ਼ ਕਦੇ ਵੀ ਤੁਸੀਂ ਮੇਰੇ ਸਭ ਤੋਂ ਵੱਧ ਦੇਖਦੇ ਹੋ ਸ਼ਹਿਰ 'ਚ ਹਰ ਵੇਲੇ ਕਮੀਆਂ, ਨਾ ਕਦੇ ਇਹ ਕਹਿ ਸਕਦੇ ਹਾਂ ਵੀ ਨਹੀਂ ਗੀਆਂ, ਨਾ ਇਹ ਹੋ ਸਕਦਾ ਕਮੀਆਂ ਕਦੇ ਪੂਰੀਆਂ ਹੋ ਜਾਣ, ਕਿਉਂਕਿ ਹਰ ਰੋਜ਼ ਕਿਤੇ ਕੋਈ ਸੜਕ ਉਹਨੇ ਮਿਆਦ ਪੂਰੀ ਕਰਨੀ ਆ, ਉਹਨੇ ਟੁੱਟਣਾ ਹੈ, ਨਵੀਂ ਬਣਨਾ ਹੈ, ਕਿਤੇ ਨਾ ਕਿਤੇ ਨਵੀਂ ਕਲੋਨੀ ਬਣ ਰਹੀ ਆ, ਉੱਥੇ ਸਟਰੀਟ ਲਾਈਟਾਂ ਲੱਗਣੀਆਂ ਹੈ, ਪਾਣੀ ਦੇ ਕਨੈਕਸ਼ਨ ਲੱਗਣੇ ਆ, ਹਰ ਚੀਜ਼ ਕਿਤੇ ਛੋਟੀ ਸੜਕ ਦੀ ਜਗ੍ਹਾ ਨੈਸ਼ਨਲ ਹਾਈਵੇ ਬਣ ਰਹੇ ਆ, ਕਿਤੇ ਨਾ ਕਿਤੇ ਜਿਹੜੇ ਆ ਉਹ, ਜੇ ਅੱਜ ਬਿਜਲੀ ਦੀ ਗੱਲ ਕਰੀਏ ਤਾਂ ਅੱਜ ਸੋਲਰ ਦੇ ਉੱਤੇ ਉਹ ਪੈਨਲ ਲੱਗ ਰਹੇ ਨੇ, ਅਤੇ ਇਸ ਕਰਕੇ ਜੇ ਸਕੂਲ ਦੇ ਵਿੱਚ ਚਾਰ ਕਮਰੇ ਆ ਤਾਂ ਉਹ 10 ਕਮਰਿਆਂ ਦੀ ਲੋੜ ਆ, ਇਸ ਕਰਕੇ ਬਹੁਤ ਚੀਜ਼ਾਂ ਹੈ। ਉਦੋਂ ਵੱਡੀ ਕੋਵਿਡ ਦੀ ਮਹਾਂਮਾਰੀ ਆ ਰਹੀ, ਉਹ ਚੱਲ ਰਹੀ ਆ, ਉਹਦੇ ਬਾਰੇ ਵਾਰ ਵਾਰ ਰਿਵਿਊ ਕਰਨਾ ਪੈਂਦਾ ਹੈ ਵੀ ਸਥਿਤੀ ਕੀ ਆ, ਅਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਹੈ ਹਮੇਸ਼ਾ ਮੀਟਿੰਗਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਹੈ, ਅਤੇ ਕਿੰਨਾ ਫੰਡ ਯੂਜ਼ ਹੋਇਆ, ਕਿੰਨਾ ਫੰਡ ਲੈਪਸ ਹੋ ਗਿਆ, ਕਿਹੜੀ ਸਕੀਮ ਬੰਦ ਹੋ ਗਈ, ਕਿਹੜੀ ਸਕੀਮ ਦਾ ਸਾਨੂੰ ਬੰਦ ਹੋਣ ਦਾ ਨੁਕਸਾਨ ਹੋ ਰਿਹਾ ਹੈ, ਉਹ ਸਾਰੀਆਂ ਗੱਲਾਂ ਸੈਂਟਰ ਗੌਰਮੈਂਟ ਨੂੰ ਅਤੇ ਸਟੇਟ ਗੌਰਮੈਂਟ ਨੂੰ ਇਹਦੇ ਵਿੱਚ, ਕਿਉਂਕਿ ਜ਼ਮੀਨੀ ਰਿਪੋਰਟ ਆਉਂਦੀ ਆ ਇਹਦੇ ਰਾਹੀਂ ਦੱਸੀਦਾ, ਕਈ ਦਾ ਜਾ ਕੇ ਰਿਕਮੈਂਡ ਕਰੀਦਾ ਉਹਨਾਂ ਨੂੰ ਵੀ ਭਾਈ ਆਹ ਚੀਜ਼ ਆ ਜਿਹੜੀ ਤੁਹਾਡੀ ਬੰਦ ਹੋ ਗਈ ਆ। ਜਿਵੇਂ ਅੱਜ ਇੱਕ ਵੱਡੀ ਗੱਲ ਉੱਠੀ ਵੀ ਜਿਹੜੇ ਮਿਡ ਡੇ ਮੀਲ ਬਣਾਉਂਦੇ ਆ ਉਹਨਾਂ ਨੂੰ ਕੁੱਲ 3000 ਰੁਪਈਆ ਮਿਲਦਾ, ਤੁਸੀਂ ਮੈਨੂੰ ਦੱਸੋ 100 ਰੁਪਈਆ ਦਿਹਾੜੀ ਅੱਜ ਹੈ ਕਿਤੇ? ਅਤੇ ਉਹ ਅਸੀਂ ਕਿਹਾ ਵੀ 3000 ਰੁਪਏ ਨਾਲ ਇੱਕ ਜਿਹੜੇ ਬੱਚਿਆਂ ਨੂੰ ਇੱਕ ਭੋਜਨ ਦਿਨਾਂ ਨੇ ਦੇਣਾ ਹੈ ਉਹਨਾਂ ਨੂੰ ਘੱਟੋ ਘੱਟ ਵਧਾ 15000 ਤੱਕ ਕੀਤਾ ਜਾਵੇ। ਇਹ ਗੱਲ ਅਸੀਂ ਜਿਹੜੀ ਅੱਜ ਰਿਕਮੈਂਡ ਕਰ ਰਹੇ ਹਾਂ, ਸੈਂਟਰ ਗੌਰਮੈਂਟ ਨੂੰ ਲਿਖ ਰਹੇ ਹਾਂ, ਇਹੋ ਜਿਹੀਆਂ ਵੱਖ ਵੱਖ ਗੱਲਾਂ ਹੈ। ਅਤੇ ਇਸੇ ਤਰੀਕ ਨਾਲ ਕਈ ਐਮ ਐਲ ਏ ਸਾਹਿਬਾਨਾਂ ਨੇ ਗੱਲ ਰੱਖੀ ਆ ਸਿਵਲ ਹੋਸਪਿਟਲ ਬਾਰੇ, ਹੈਲਥ ਇਸ਼ੂਜ਼ ਬਾਰੇ, ਕਈਆਂ ਨੇ ਰੱਖੀ ਆ ਵੀ ਕਲੋਰੀਨ ਆ ਜਿਹੜਾ ਉਹ ਟੈਂਕੀਆਂ ਦੇ ਵਿੱਚ ਪਾਣੀ ਜਦੋਂ ਜਾਂਦਾ ਹੈ ਉਹ ਨਹੀਂ ਪਾਇਆ ਜਾ ਰਿਹਾ, ਉਹ ਪਤਾ ਨਹੀਂ ਉਹਦੇ ਨਾਲ ਕੀ ਜਿਹੜੀ ਆ ਉਹਨੂੰ ਇੱਧਰ ਉੱਧਰ ਕਰ ਦਿੱਤਾ ਜਾਂਦਾ ਹੈ। ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਹੈ ਜਿਹੜੀਆਂ ਉਹ ਆਉਂਦੀਆਂ ਹੈ ਵੀ ਮਨਰੇਗਾ ਦੇ ਵਿੱਚ ਪੂਰੀ ਜਿਹੜਾ ਪ੍ਰੋਜੈਕਟ ਆ, ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਪੈਸੇ ਆ ਜਿਹੜੇ ਨਹੀਂ ਮਿਲ ਰਹੇ, ਸੈਂਟਰ ਗੌਰਮੈਂਟ ਵੱਲੋਂ ਪੈਸਾ ਨਹੀਂ ਆ ਰਿਹਾ, ਇਹ ਜਿਹੜੀਆਂ ਛੋਟੀਆਂ ਤਕਲੀਫਾਂ ਨੇ। ਅਤੇ ਦੂਜੀ ਹੋਰ ਬੜੇ ਇਸ਼ੂ ਆਏ ਆ ਵੀ ਜਿਹੜੇ ਸੈਂਟਰ ਸਾਡੇ ਆਮ ਵਿਡੋਜ਼ ਨੂੰ, ਬਜ਼ੁਰਗਾਂ ਨੂੰ ਜਿਹੜੀਆਂ ਸਕੀਮਾਂ ਹੈ ਪੰਜਾਬ 'ਚ ਸਭ ਤੋਂ ਘੱਟ, ਇਹ ਅਫਸਰ ਨੂੰ ਕਿਹਾ, ਇਹ ਆਫਿਸਰ ਸਵਾਨਾ ਨੂੰ ਕਿਹਾ ਵੀ ਆਪਣੇ ਆਪ ਨੂੰ ਗੇਅਰ ਅਪ ਕਰੋ। ਕੁੱਲ ਜਿਹੜੇ ਜਿਹੜੇ ਸਰਕਾਰ ਦੇ ਸਿਲੰਡਰ ਵਾਲੀ ਸਕੀਮ, ਉਹ ਕੁੱਲ ਯਾਰ 600 ਸਿਲੰਡਰ ਆ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਦਿੱਤਾ ਜਾ ਰਿਹਾ, ਕਿਉਂ ਕੀ ਗੱਲ, ਉਰੇ ਜ਼ਰੂਰਤਮੰਦ ਨਹੀਂ ਗਾ, ਉਰੇ ਲੋੜ ਨਹੀਂ ਕਿਸੇ ਨੂੰ, ਕੁੱਲ 600 ਸਿਲੰਡਰ ਜਿਹੜੇ ਆ ਉਹ ਸਾਰੇ ਸਭ ਤੋਂ ਵੱਡਾ ਪੰਜਾਬ ਦਾ ਜ਼ਿਲ੍ਹਾ ਹੋਵੇ ਉਹਦੇ ਵਿੱਚ ਇਸ ਤਰੀਕੇ ਨਾਲ। ਜਿਹੜੀਆਂ ਪੈਨਸ਼ਨਾਂ ਹੈ ਉਹ ਵੀ ਬਹੁਤ ਸਭ ਤੋਂ ਘੱਟ ਆ ਜਿਹੜੀਆਂ ਉਹ ਪੰਜਾਬ 'ਚ ਲੱਗੀਆਂ ਹੋਣ, ਅਤੇ ਇਸ ਕਰਕੇ ਇਹਨਾਂ ਨੂੰ ਗੇਅਰ ਅਪ ਜਿਹੜਾ ਅਫਸਰਾਂ ਨੂੰ ਕਰਨਾ ਪਊਗਾ। ਨਹੀਂ ਦੇਖੋ, ਕਿਤੇ ਨਾ ਕਿਤੇ ਨਾ ਸਾਡੇ ਜਿਹੜੇ ਅਲੱਗ ਅਲੱਗ ਵਿਭਾਗ ਨੇ ਇਹ ਕਿਤੇ ਨਾ ਕਿਤੇ ਜਿਹੜਾ ਤਾਲਮੇਲ ਆ, ਮੈਂ ਇਹ ਨਹੀਂ ਕਹਿੰਦਾ ਵੀ ਹੁਣ ਸਰਕਾਰ ਬਦਲ ਗਈ ਜਾਂ ਪਹਿਲਾਂ ਸਰਕਾਰਾਂ ਤਾਂ ਚੱਲਦੀਆਂ ਰਹਿੰਦੀਆਂ ਹੈ, ਜਿਹੜੇ ਜਿਹੜਾ ਕਿਤੇ ਸਾਡੇ ਇਲੈਕਟਿਡ ਮੈਂਬਰ ਨੇ ਨਾ, ਜਿਹੜੇ ਥੱਲੇ ਸਰਪੰਚ ਨੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸਮਿਤੀ ਮੈਂਬਰ, ਪੰਚ ਨੇ, ਜਿਹੜੇ ਇਲੈਕਟਿਡ ਲੋਕ ਨੇ, ਮੰਨਣੀ ਪਊਗੀ ਵੀ ਇਹ ਲਗਾਤਾਰ। ਮੈਂ ਹੁਣ ਇਸ ਗੱਲ ਨੂੰ ਦੇਖਦੇ ਦੇਖਦੇ 15 ਸਾਲ ਹੋ ਗਏ, ਹਰ 3 ਮਹੀਨੇ ਬਾਅਦ ਇਹ ਮੀਟਿੰਗਾਂ ਹੁੰਦੀਆਂ, ਅਤੇ ਇਹਦੇ ਵਿੱਚ ਫਿਰ ਇਹਨਾਂ ਨੂੰ ਕਹੀਦਾ, ਫਿਰ ਇਹਨਾਂ ਨੂੰ ਸਮਝਾਈਦਾ, ਪਰ ਕਈ ਵਾਰ ਬਹਾਨੇ ਲਾਉਂਦੇ ਆ ਵੀ ਕਈ ਵਾਰ ਜੀ ਸਾਡੇ ਕੋਲ ਮੈਨ ਪਾਵਰ ਦੀ ਬੜੀ ਕਮੀ ਆ, ਸਾਡੇ ਕੋਲ ਇਲੈਕਸ਼ਨਾਂ ਆ ਗਈਆਂ ਜੀ, ਸਾਡੇ ਕੋਲ ਹੋਰ ਕੋਈ ਡਿਊਟੀਆਂ ਆ ਗਈਆਂ। ਇਸ ਕਰਕੇ ਕੋਈ ਵੀ ਸਕੀਮ ਮੈਂ ਦੇਖ ਰਿਹਾ ਸੀ ਜਿਹੜੀ ਪੰਜਾਬ ਦੇ ਵਿੱਚ ਹੁਣ ਗਰੀਬਾਂ ਦੇ ਘਰ ਨੇ, ਉਹਦੇ ਵਿੱਚ ਅਸੀਂ ਬੜਾ ਪਿੱਛੇ, ਗਾਂਡੋਵਾਲ ਸਾਈਡ ਆ, ਕਿੰਨੇ ਲੋਕਾਂ ਨੂੰ 30000 ਤੋਂ ਵੱਧ ਅਗਲੀ ਕਿਸ਼ਤ ਨਹੀਂ ਮਿਲੀ, ਇਹ ਕਿਹਨੇ ਦੇਖਣਾ? ਅਤੇ ਡੀ ਸੀ ਸਾਹਿਬ ਨੇ ਜ਼ਿੰਮੇਵਾਰੀ ਲਈ ਆ, ਅਸੀਂ ਕਮੇਟੀਆਂ ਬਣਾਈਆਂ, ਇੱਕ ਤਾਂ ਧਾਂਦਰਾ ਕਲੱਸਟਰ ਆ,
वो उत्ते 100 करोड़ तो वध रुपया सानू आ रहा। तो साड़ी अगे कोशिश आ भी धांधला कलस्टर करके होर कलस्टर से मैं लुधियाने जोड़ा एक कलस्टर घट्टो घट होर लैके आईए जिद बड़ा भारी जोड़ा सानू फायदा हो जा रहा। फिर कोविड की गल सी एक खास तौर पर क्या भी 12 तो 14 साल के बच्चे आ जोड़े उन्होंने कुल आप 20% अजे कोविड के जोड़े आडिसन आ जोड़े कोविड की दे सके तो वह वाधा करो क्योंकि बहुत प्राइवेट स्कूल ने हजे जोड़े मैं थोड़े राही ये अपील करता भी जोड़े प्राइवेट स्कूल ने व्डे वो जरूर पहलकदमी कर पेरेंट्स अगे आने जोड़े बच्चे ने जोड़े क्योंकि हम स्कूल शुरू हो गए वो जरूर वो तो कोविड की जी मेडिसन कोविड की डोज आ वो जरूर लैन। तो मेरे काउंसलर साहबान सरपंच साहबान तो थलड़े लैवल से साढ़े जोड़े ने लोग वो कैंप लवा के आप छोटे बच्चों ये कोविड की जी डोज आ लगा क्योंकि दिल्ली अर्गे शहर ये दोबारा जोड़ा रुझान आ अंकड़े देख रहे हैं वो दोबारा बढ़ रहे हैं तो इस करके सानू इस गल की सावधानी है जी लुधियाने अर्गे वे शहर च रखनी पेगी। चलो बिट साहब ये तो हो गई शहर की गल पोलिटिकल इसलिए जरा सनेरियो चल रहा उसे भगवंत मान देखो मैं हजे भगवंत मान साहब नूं हजे कोई भी किंतु परंतु नहीं करना चाहता क्योंकि एक महीना हजे होया है तो जदों होर 2 महीने 3 महीने हो जाएंगे उदों बाद इहदा हिसाब आ जिहड़ा वो जरूर उन्होंने करांगे। हुण उन्हां दी सरकार आ वो 3 लख करोड़ का हिसाब करन 1 लख करोड़ का हिसाब करन जिहदा मर्जी हिसाब करन ये गल्लां कहण दीआं नहीं हुंदीआं करन दीआं हुंदीआं एवें बयानबाजी इहदा कर करो जो करना सरकार तुहाडे कोल जिहड़ा टंगो पुट्ठा टंगो जी ने गलत कीता है। इस करके ये गल्लां फिर मैं अजय थोड़ू जिम्मे में क्या मैं नहीं करना चाहता तुम जो करना करो थोड़े यार 90% बंदे तो मैं हूँ की कह उ कांग्रेस चो ने अकाली दल चो तो इस करके तुहाडे कोल नवा की है उन्होंने उइयो बुला के अपने MLA नूं पुछ लो भाई भी थोनू पता 3 लख करोड़ का जिहड़े तुहाडे MLA ने वह कोई अकाली दल की सरकार च रहा कोई कांग्रेस की सरकार च रहा उन्होंने पुछ लो। मैं यार यही तो थोनू बार बार कहना ऐं भगवंत मान जी भी पहला अमनप्रीत बादल होना दी पार्टी च रहे ने इस करके ये गल्लां चंगा नहीं लगदियां हजे नहीं मैं करनियां ये करांगे फिर हजे तो ये रखते हैं भी वो कुछ करके दिखाउण जिहड़ी बदलाव की गल कीती सी वह बदलाव लियाउण ते इस करके वह पहला ही मैं समझदा पहला ही नहीं कंक्लूजन ते आना चाहिए मैं क्या कुछ कर लैण यार कुछ कर लैण करन तां सही कुछ बदले दी कर लैण करन तां सही नहीं मैं देखो हजे थोनू जिवें पता पार्टी ने सख्त तौर पर गल्लां कहियां है भी जिहड़ा जिम्मेवारी जिहदी लगूगी मीडिया दे विच उही गल करूगा पार्टी लैवल ते पार्टी दी की गल आ की नीति आ किवें आ इस करके बिल्कुल ये सख्ती नाल पार्टी ने गल कीती आ ये गल इस वेले चाहे साढ़े प्रधान ने राजा जी वो करनगे चाहे साढ़े भारत भूषण आशू जी जिहड़े साढ़े प्रेजिडेंट ने वो करनगे इस करके इस लैवल से मैं एवी गल करा कोई नहीं क्या जिहड़ी पार्टी दी गुटबाजी नजर आ रही कि नहीं आ रही गुटबाजी हजे भी चल रही है नहीं तो पहला जिला जिहड़ा तुसीं आप कह रहे हो जिला भुगतना पिया राजा मीटिंग अपनी मीटिंग साफ साफ कह रहे हुण देखो नवीं टीम आ चुकी है नवीं टीम जिवें मैं कह रहा वो कम कर रही है उन्होंने आप समा तो दईए ना उन्होंने कम तो कर दईए फिर आप उही गल्लां दोबारा टीम को फिर काम करी जांदी सर सिद्धू साहब क्यों उही मीटिंगा कर रहे हैं दो फिर दो धड़े सर नहीं मैं देखो धड़े दो ही बंदे मैं कुछ नहीं कह सकता भी दो धड़े तीन धड़े पांच धड़े दस धड़े कोई की काम कर रहे हैं जदों सिद्धू साहब आउणगे उन्हां नूं पुछ लिओ जदों राजा जी आउणगे उन्हां नूं पुछ लिओ सुनील जाखड़ जी नूं लैके जिहड़ा विवाद बयान बयान दित्ता गया उन्होंने ओहदी अज आखरी दिन सीगा और हजे तक उन्हां वल्लों स्पष्टीकरण नहीं आया हाईकमान वल्लों भी किहा गया सी ओह रा जाखड़ साहब जाणदे हाईकमान जाणे जवाब दईए दित्ती जानी देखो हादसा बड़ा आउंदा भी की कहिए भी भगवंत मान तो हुण MP असीं इकट्ठे 7 साल 8 साल रहे हां देखो केजरीवाल साहब
ਭਗਵੰਤ ਮਾਨ ਸਾਹਿਬ ਨੂੰ ਲੈ ਕੇ ਜਾਂਦੇ ਆ ਗੁਜਰਾਤ, ਕੇਜਰੀਵਾਲ ਸਾਹਿਬ ਲੈ ਕੇ ਜਾਂਦੇ ਆ ਭਗਵੰਤ ਮਾਨ ਨੂੰ ਹਿਮਾਚਲ ਪ੍ਰਦੇਸ਼, ਉਹ ਹਜੇ ਦੋ ਦਿਨ ਚਾਰ ਦਿਨ ਪੰਜਾਬ 'ਚ ਤਾਂ ਲਾ ਲੈਣ ਦਿਓ, ਪੰਜਾਬ 'ਚ ਤਾਂ ਗੱਲ ਕਰ ਲੈਣ ਦਿਓ, ਤੁਹਾਨੂੰ ਇੱਥੇ ਕੀ ਜ਼ਰੂਰਤ ਪਈ ਹੋਈ ਆ ਵੀ ਉੱਥੇ ਲਿਜਾ ਕੇ 25,000 ਨੌਕਰੀਆਂ ਦੇ ਤੀਆਂ, ਇਹ ਚੰਗਾ ਨਹੀਂ ਲੱਗਦਾ। ਪਹਿਲਾਂ ਦੇ ਦਿਓ ਫਿਰ ਅਸੀਂ ਵੀ ਕਹਾਂਗੇ ਦੇ ਤੀਆਂ, ਐਵੇਂ ਜਾ ਕੇ ਗੁਜਰਾਤ 'ਚ ਜਾ ਕੇ ਲੋਕ ਬੜੇ ਸਿਆਣੇ ਆ, ਲੋਕ ਸਭ ਸਮਝਦੇ ਆ ਵੀ ਕਿਹੜੀ ਨੌਕਰੀ ਦਾ ਹਜੇ ਐਡਵਰਟਾਈਜ਼ਮੈਂਟ ਨਿਕਲੀ ਆ, ਕਿਹੜੀ ਨੌਕਰੀ ਦੀ ਹਜੇ ਪੇਪਰ ਹੋਏ ਆ, ਕਿਹੜੀ ਨੌਕਰੀ ਦੇ ਹਜੇ ਟੈਸਟ ਹੋਏ ਆ। ਇਸ ਕਰਕੇ ਇਹ ਗੱਲ ਕਹਿਣਾ 25,000 ਨੌਕਰੀ ਅਨਾਊਂਸ ਕਰਨਾ ਥੋੜ੍ਹੀ ਹੁੰਦੀ ਆ, ਪਰ ਮੈਂ ਇੱਕ ਗੱਲ ਕਹਿਣਾ ਵੀ ਕੇਜਰੀਵਾਲ ਸਾਹਿਬ ਨੂੰ ਆਪ ਤਾਂ ਉਹ ਝੂਠ ਬੋਲਦੇ ਹੀ ਬੋਲਦੇ ਆ, ਐਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਨ੍ਹਾਂ ਦੇ ਸਿਰ 'ਤੇ ਭਗਤ ਸਿੰਘ ਦੀ ਪੱਗ ਬੰਨੀ ਆ, ਉਹਨਾਂ ਨੂੰ ਬਿਲਕੁਲ ਆਪਣੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਤੋਂ ਝੂਠ ਨਾ ਬੁਲਵਾਓ। ਇਸ ਕਰਕੇ ਨਹੀਂ, ਪੰਜਾਬ ਦੇ ਲੋਕ ਆ ਜਿਹੜੇ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ। ਸਾਡੇ ਚੀਫ ਮਿਨਿਸਟਰ ਨੂੰ, ਪੰਜਾਬ ਦੇ ਨੂੰ ਤੁਸੀਂ ਧੱਕੇ ਨਾਲ ਉਹਨਾਂ ਦੇ ਜਹਾਜ਼ 'ਚ ਜਾ ਕੇ ਉਹਨਾਂ ਤੋਂ ਝੂਠ ਬੁਲਵਾਉਂਦੇ ਹੋ, ਇਸ ਕਰਕੇ ਇਹ ਕੰਮ ਚੱਲੂਗਾ ਨਹੀਂ। ਸਰ, ਮਾਫੀਆ ਨੂੰ ਲੈ ਕੇ ਬੜਾ ਸਵਾਲ ਖੜੇ ਕਰ ਰਹੇ ਨੇ ਕੇਜਰੀਵਾਲ ਸਾਹਿਬ, ਕਹਿ ਰਹੇ ਨੇ ਕਿ ਮਾਫੀਆ ਜੋ ਸਾਡੀ ਸਰਕਾਰ ਬਣੀ ਅਤੇ ਜਿਹੜੇ ਕਾਂਗਰਸ ਦੇ ਟਾਈਮ 'ਤੇ ਮਾਫੀਆ ਚੱਲ ਰਿਹਾ ਸੀ ਉਹਨੇ ਸਾਨੂੰ ਆ ਕੇ ਬੜਾ ਅਪਰੋਚ ਕੀਤਾ ਵਾ, ਔਰ ਸਾਰਿਆਂ ਦੇ ਨਾਂ ਦੱਸੋ ਕੇਜਰੀਵਾਲ ਸਾਹਿਬ, ਕਿਹਨੇ ਤੁਹਾਨੂੰ ਅਪਰੋਚ ਕੀਤਾ, ਕੌਣ ਤੁਹਾਨੂੰ ਅਪਰੋਚ ਕਰ ਰਿਹਾ, ਕਿਹੜੀ ਪਾਰਟੀ ਦੇ ਲੀਡਰ ਨੇ ਜਿਹੜੇ ਤੁਹਾਨੂੰ ਅਪਰੋਚ ਕਰ ਰਹੇ ਨੇ, ਅਤੇ ਉਹ ਕਿਹੜੇ ਮਾਫੀ ਵਾਲੇ ਆ ਜਿਹੜੇ ਅਪਰੋਚ ਕਰ ਲਿਆ। ਐ ਨਾ ਕਰੋ, ਐ ਕਿਸੇ 'ਤੇ ਪਿੱਛੋਂ ਡਲਾ ਮਾਰ ਕੇ ਨਾ ਭੱਜੋ, ਗੱਲ ਕਰੋ ਸਿੱਧੀ, ਜਿਹਨੇ ਤੁਹਾਡੇ ਨਾਲ ਅਪਰੋਚ ਕੀਤਾ ਹੈ ਕਿਹਨੇ ਅਪਰੋਚ ਕੀਤਾ ਹੈ ਦੱਸੋ, ਫਿਰ ਤੁਸੀਂ ਮਾਫੀ ਮੰਗੋਗੇ, ਫਿਰ ਤੁਸੀਂ ਵੀ ਮਜੀਠੀ ਵਾਂਗੂ ਮਾਫੀ ਮੰਗੋਗੇ। ਇਸ ਕਰਕੇ ਕੋਈ ਫਾਇਦਾ ਹੈ ਨਾ, ਸਪਸ਼ਟ ਲਿਆ ਕਰੋ ਜਿਹਨੇ ਕੁਛ ਕੀਤਾ, ਜਿਹੜਾ ਕੋਈ ਮਿਲਿਆ ਆ ਕੇ ਅਤੇ ਗੱਲ ਪਤਾ ਲੱਗੇ, ਅਗਲਾ ਵੀ ਆਪਣੀ ਗੱਲ ਦੱਸੇ। ਇਸ ਕਰਕੇ ਐਵੇਂ ਪੱਥਰ ਮਾਰ ਕੇ ਦਰਖਤ ਪਿੱਛੇ ਲੁਕਣ ਦੀ ਗੱਲ ਆ, ਅਤੇ ਉਹ ਠੀਕ ਆ ਕਰ ਲੈਣ ਦੋ ਮੌਜ ਯਾਰ, ਹੈਲੀਕਾਪਟਰ ਮਿਲ ਗਏ, ਲੈਂਡ ਕਰੂਜ਼ਰਾਂ ਮਿਲ ਗਈਆਂ ਪੰਜਾਬ ਦੀਆਂ, ਉਹ ਪੰਜਾਬ ਦੇ ਲੋਕਾਂ ਨੇ ਦੇਤੀਆਂ, ਅਤੇ ਕੇਜਰੀਵਾਲ ਸਾਹਿਬ ਉਹ ਲੈਂਡ ਕਰੂਜ਼ਰਾਂ ਅਤੇ ਉਹ ਹੈਲੀਕਾਪਟਰ 'ਚ ਖੱਟੇ ਰੰਗ ਦੇ 'ਚ ਫਿਰ ਰਹੇ ਆ, ਝੂਠੇ ਲੈ ਰਹੇ ਆ, ਕਿਉਂਕਿ ਉੱਥੇ ਤਾਂ ਅੱਧੀ ਸਟੇਟ ਸੀ, ਨਾ ਵਿਚਾਰਿਆਂ ਕੋਲ ਅਨੋਵਾ ਤੋਂ ਵੱਡੀ ਸੀ ਗੱਡੀ, ਹੁਣ ਲੈਂਡ ਕਰੂਜ਼ਰ 'ਚ ਬਹਿੰਦੇ ਆ ਕਿ ਨਹੀਂ ਬਹਿੰਦੇ, ਆ ਗਿਆ ਬਦਲਾ। ਮੈਂ ਕਹਿੰਦਾ 20 ਲੱਖ ਤੋਂ ਗੱਡੀ 5 ਕਰੋੜ ਦੀ ਹੋ ਗਈ, ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ। ਦਿੱਲੀ, ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ, ਉਹ ਇੱਕ ਅਲੱਗ ਗੱਲ ਆ। ਇਹ ਦਿੱਲੀ ਨਾਲ ਨਫ਼ਰਤ ਉਹ ਲੀਡਰ ਦਿੱਲੀ ਵਾਲੇ ਚਲਾਉਂਦੇ ਆ, ਉਹ ਅਲੱਗ ਗੱਲ ਆ। ਦਿੱਲੀ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ, ਦਿੱਲੀ ਸਾਡੇ ਦੇਸ਼ ਦਾ, ਸਾਡੀ ਰਾਜਧਾਨੀ ਹੈ, ਇੰਡੀਆ ਦੀ ਰਾਜਧਾਨੀ ਹੈ ਦਿੱਲੀ। ਹਾਂ, ਜਿਹੜੇ ਦਿੱਲੀ ਬੈਠੇ ਲੀਡਰ ਨੇ ਉਹਨਾਂ ਦੀ ਗੱਲ ਹੋ ਸਕਦੀ ਹੈ, ਦਿੱਲੀ ਨਾਲ ਪੰਜਾਬ ਸਰਕਾਰ ਨਹੀਂ। ਮੈਂ ਇੱਕ ਬੇਨਤੀ ਤੁਹਾਡੇ ਪੂਰੇ ਕਰਨਾ ਚਾਹੁੰਦਾ ਵੀ ਪੰਜਾਬ ਦਾ ਹਰ ਬੰਦਾ ਜਿਹੜਾ ਉਹ ਦਿੱਲੀ ਨਾਲ ਗੱਲ ਕਰਦਾ, ਦਿੱਲੀ ਨਾਲ ਨਫ਼ਰਤ ਪੈਦਾ ਕਰ ਜਿਹੜੀ ਆ ਉਹ ਪੰਜਾਬੀਆਂ ਨੂੰ ਕਰਾਈ ਜਾ ਰਹੀ ਹੈ। ਇਹ ਵੀ ਇੱਕ ਬੜਾ ਵੱਡਾ ਮਨਸੂਬਾ ਹੈ, ਇਹ ਵੀ ਅਫਗਾਨੇ ਦੇਸ਼ ਦਾ ਇੱਕ ਮਨਸੂਬਾ ਹੈ ਵੀ ਦਿੱਲੀ ਦੇ ਖਿਲਾਫ਼ ਪੰਜਾਬ ਨੂੰ ਉਲਟ ਕਰਕੇ। ਹਾਂ, ਦਿੱਲੀ ਦੇ ਜਿਹੜੇ ਲੀਡਰ ਬੈਠੇ ਨੇ ਜਿਹੜਾ ਚਲਾਉਣਾ ਚਾਹੁੰਦੇ ਉੱਥੋਂ ਪੰਜਾਬ, ਉਹਨਾਂ ਦੇ ਉਲਟ ਗੱਲ ਕਰੋ। ਦਿੱਲੀ ਕਦੇ, ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ। ਦੇਖੋ, ਇੱਕ ਬੰਦੀ ਸਿੱਖਾਂ ਦੀ ਵੀ ਕਿਸੇ ਨੇ ਗੱਲ ਕੀਤੀ ਸੀ, ਅਤੇ ਮੇਰੀ 30 ਤਰੀਕ ਆ, 30 ਅਪ੍ਰੈਲ ਆ ਜਿਹੜੀ ਇਹ ਸੁਪਰੀਮ ਕੋਰਟ 'ਚ ਰਾਜੋਆਣੇ ਦੀ ਲੱਗੀ ਹੋਈ, ਅਤੇ ਉੱਥੇ ਬੀਬੀ ਹਰਸਿਮਰਤ ਕੌਰ ਬੋਲ ਕੇ ਆਏ ਨੇ ਵੀ ਉਹਨਾਂ ਦੀ ਰਿਹਾਈ। ਦੇਖੋ, ਮੈਨੂੰ ਬੀਬੀ ਹਰਸਿਮਰਤ ਕੌਰ ਜੀ ਇੱਕ ਜਵਾਬ ਦੇ ਦੇਣ। ਹਰਸਿਮਰਤ ਕੌਰ ਬੀਬੀ ਇਸ ਅੱਤਵਾਦੀਆਂ ਨੂੰ ਪਾਰਲੀਮੈਂਟ 'ਚ ਤਾਂ ਕਹਿੰਦੀ ਹੈ ਛੱਡੋ, ਦੂਜੇ ਪਾਸੇ ਜਦੋਂ ਮਜੀਠੀਆ ਜੀ ਦੀ ਬੇਲ ਦੀ ਗੱਲ ਆਉਂਦੀ ਹੈ ਫਿਰ ਕਹਿੰਦੇ ਸਾਨੂੰ ਪਟਿਆਲੇ ਜੇਲ੍ਹ 'ਚ ਅੱਤਵਾਦੀਆਂ ਤੋਂ ਖਤਰਾ। ਉਹ ਇੱਕ ਗੱਲ 'ਤੇ ਤਾਂ ਹੁਣ ਵੀ ਉਹ ਫੈਸਲਾ ਕਰ ਲੈਣ ਕਿਹਦੇ ਨਾਲ। ਇਸ ਕਰਕੇ ਮੈਂ ਤਾਂ ਚਾਹੂੰਗਾ ਬੀਬੀ ਜੀ, ਮੈਂ ਤਾਂ ਇਹ ਗੱਲ ਕਹੀ ਸੀ ਵੀ ਜਿਹੜੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾਅ ਕਰਾ ਕੇ ਅਕਾਲ ਤਖ਼ਤ ਸਾਹਿਬ 'ਤੇ ਬਿਠਾਉਣ, ਉੱਥੇ SGPC ਦੀ ਪ੍ਰਧਾਨਗੀ ਦੇਣ, ਅਕਾਲੀ ਦਲ ਦੀ ਪ੍ਰਧਾਨਗੀ ਰਾਜੋਆਣਾ ਸਾਹਿਬ ਨੂੰ ਦੇਣ, ਜਿਹੜੇ ਉਹਨਾਂ ਦੀ ਵੋਟ ਮੰਗ ਕੇ ਗਈ ਆ, ਮੰਗ ਕੇ ਗਏ ਨੇ। ਅਤੇ ਇਸ ਕਰਕੇ ਅਸਲੀ ਗੱਲ ਤਾਂ ਤਿਆਗ ਦਿਖਾਓ ਨਾ। ਤੁਹਾਡਾ ਕੀ ਟੇਕ ਹੈਗਾ ਸਰ ਇਹਦੇ ਤੇ, ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਭਾਵੇਂ ਰਾਜੋਆਣਾ ਭਾਵੇਂ ਦਵਿੰਦਰ ਭਾਲ ਸਿੰਘ? ਬੰਦੀ ਸਿੱਖਾਂ ਦੇ ਵਿੱਚ ਰਾਜੋਆਣਾ ਨਹੀਂ ਗਾ, ਉਹਦੇ ਵਿੱਚ ਹਵਾਰਾ ਨਹੀਂ ਗਾ, ਇਹਨਾਂ ਨੂੰ ਤਾਂ ਫਾਂਸੀਆਂ ਮਿਲੀਆਂ ਹੋਈਆਂ ਹੈ। ਭੁੱਲਰ ਸਾਹਿਬ ਬਿਲਕੁਲ ਉਹਨਾਂ ਦੀ ਮਤਲਬ ਮਾਨਸਿਕ ਸਥਿਤੀ ਵੀ, ਅਤੇ ਨਾਲੇ ਕੋਰਟ ਨੇ ਵੀ ਉਹਨਾਂ ਨੂੰ ਤਾਂ ਕਿਹਾ ਹੋਇਆ। ਦਿੱਲੀ ਸਰਕਾਰ ਲੱਗਦਾ ਕਿ ਅੜਚਣ ਪੈਦਾ ਕਰ ਰਹੀ ਹੈ ਜੀ, ਕਿਉਂਕਿ ਉਹ ਗੱਲਾਂ ਚੱਲ ਰਹੀਆਂ ਲਗਾਤਾਰ, ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਆ ਕੇ ਕਹਿੰਦੀ ਰਿਹਾਈ ਹੋਣੀ ਚਾਹੀਦੀ ਹੈ, ਪਰ ਉੱਥੇ ਰੋਕ ਲਾ। ਉਹ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਦਿੱਲੀ ਦੀ ਜਿਹੜੀ ਜੇਲ੍ਹ ਆ
ਜਗਜੀਤ ਭੁੱਲਰ ਸਾਹਿਬ ਰੱਖੇ ਹੋਏ ਆ ਉਹ ਤਾਂ ਕੇਜਰੀਵਾਲ ਦੇ ਥੱਲੇ ਆ, ਉਹ ਤਾਂ ਜਵਾਬ ਕੋਈ ਦਿੱਤਾ ਹੀ ਨਹੀਂ ਉਹਨਾਂ ਨੇ, ਉਹਨਾਂ ਦਾ ਇਲੈਕਸ਼ਨਾਂ 'ਚ ਪੁੱਛ ਕੇ ਥੱਕ ਗਏ, ਉਹਨਾਂ ਦਾ ਕਦੇ ਵੀ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਪਰ ਹਾਂ, ਅਸੀਂ ਭਾਈ ਜਿੰਨਾ ਚਿਰ ਅਸੀਂ ਜੋਨੇ ਹਾਂ, ਛੱਡੇ ਜਾਣ ਨਾ ਛੱਡੇ ਜਾਣ ਪਰ ਪੂਰਾ ਰਾਜਵਾਣਾ ਦੇ, ਕਿਉਂਕਿ ਸਾਨੂੰ ਲੋਕਾਂ ਦਾ ਫਿਕਰ ਆ। 30 ਤਰੀਕ ਨੂੰ ਕੀ ਫੈਸਲਾ ਹੁੰਦਾ ਹੈ ਅਪ੍ਰੈਲ ਨੂੰ ਦੇਖਾਂਗੇ, ਪਰ ਡਟ ਕੇ ਵਿਰੋਧ ਕਰਦੇ ਹਾਂ ਇਹ ਲੋਕਾਂ ਦਾ, ਕਿਉਂਕਿ ਅਸੀਂ ਪੰਜਾਬ ਦਾ ਪਰਿਵਾਰ ਬੱਚੇ ਨਹੀਂ ਮਰਾਉਣਾ ਚਾਹੁੰਦੇ। ਸਰ ਚੰਡੀਗੜ੍ਹ ਨੂੰ ਲੈ ਕੇ ਰਾਜਨੀਤੀ ਕਰਦੀ ਹੈ, ਮੈਂ ਤਾਂ ਆਪ ਉਹਨਾਂ ਨਾਲ ਗੱਲ ਕਰਕੇ ਜਿਹੜਾ ਮੈਨੂੰ ਉਹਨਾਂ ਦਾ ਜਵਾਬ ਵੀ ਆਇਆ, ਮੈਂ ਤਾਂ ਇਹ ਗੱਲ ਕਹੀ ਸੀ ਉਹਨਾਂ ਨੂੰ ਕਸ਼ਮੀਰ ਫਾਈਲਸ ਤੋਂ ਬਾਅਦ ਪੰਜਾਬ ਫਾਈਲਸ ਬਣਾਓ, ਪਰ ਦਿੱਲੀ ਫਾਈਲਸ ਵੀ ਬਣਾ ਰਹੇ ਆ, ਉਹ ਵੀ ਚੰਗੀ ਗੱਲ, ਬਹੁਤ ਉਹਦਾ ਅਸੀਂ ਉਹਨੂੰ ਵੈਲਕਮ ਕਰਦੇ ਹਾਂ ਉਹ 'ਚ ਦਿਖਾਉਣ, ਕਿਉਂਕਿ ਅੱਜ ਹਰ ਦਿੱਲੀ ਦੇ ਕੋਰਟ 'ਚ ਕੇਸ ਚੱਲ ਰਿਹਾ, ਕਿਤੇ ਨਾ ਕਿਤੇ ਕੇਸ ਚੱਲ ਰਹੇ ਆ, ਉਹ 'ਚ ਪਤਾ ਲੱਗ ਜੂਗਾ ਸਾਨੂੰ ਤਾਂ ਇਸ ਗੱਲ ਦਾ। ਇਹ 'ਚ ਪ੍ਰਧਾਨ ਮੰਤਰੀ ਸਾਡੇ ਮਨਮੋਹਨ ਸਿੰਘ, ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ, ਰਾਹੁਲ ਗਾਂਧੀ ਜੀ ਹਰ ਜਗ੍ਹਾ ਉਹ ਇਸ ਗੱਲ ਦੀ ਮਾਫ਼ੀ ਮੰਗ ਚੁੱਕੇ ਆ ਵੀ ਜੇ ਕੋਈ ਇਹ 'ਚ ਕੋਈ ਵੀ ਕੁਤਾਹੀ ਹੋਈ, ਕੋਰਟਾਂ 'ਚ ਕੇਸ ਚੱਲ ਰਹੇ ਆ ਵੀ ਉਹਨਾਂ ਨੂੰ ਸਜ਼ਾ ਮਿਲੇ। ਜੇ ਇਹ 'ਚ ਗੱਲ ਕਲੀਅਰ ਹੋ ਜੂਗੀ ਤਾਂ ਸਾਫ਼ ਹੋ ਕੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਨਿਕਲਣਗੇ, ਲੱਗ ਜੂਗਾ ਪਤਾ ਵੀ ਕੌਣ ਕਰਾਉਣ ਵਾਲਾ ਸੀ ਤੇ ਕਰਨ ਵਾਲਾ ਸੀ, ਉਹਨਾਂ ਦੇ ਇਸ 'ਚ ਕੀ ਦੋਸ਼ ਆ ਬਈ। ਸਰ ਪਾਣੀ ਤੇ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਜਿਹੜੇ ਨੇ ਆਪਣੇ ਸਾਹਮਣੇ ਨਜ਼ਰ ਆ ਰਹੇ ਵੀ ਕੁਛ ਦਿੱਲੀ ਜਾ ਕੇ ਕੁਛ ਹੋਰ ਬੋਲਦੀ ਹੈ ਤੇ ਪਾਣੀ ਨੂੰ ਲੈ ਕੇ ਵੀ ਕੁਛ ਹੋਰ ਬੋਲਦੀ ਹੈ, ਕਿਉਂਕਿ ਐਸਵੀਐਲ ਦਾ ਮੁੱਦਾ ਦਾ ਜਹਾਜ਼ ਮਿਲ ਗਿਆ ਕੇਜਰੀਵਾਲ ਸਾਹਿਬ ਨੂੰ ਘੁੰਮ ਲੈਣ ਤੋਂ, ਉਹਨਾਂ ਨੇ ਕੀ ਲੈਣਾ ਪਾਣੀ ਤੋਂ, ਕੀ ਲੈਣਾ ਧੁੰਦ ਤੋਂ, ਸਮੋਗ ਤੋਂ, ਕੀ ਲੈਣਾ ਹਰਿਆਣੇ 'ਚ ਜਾ ਕੇ ਕਹਿ ਦੇਣਗੇ ਮੈਂ ਤਾਂ ਹਰਿਆਣੇ ਦਾ, ਹੁਣ ਗੁਜਰਾਤ ਜਾ ਕੇ ਕਹਿ ਦੇਣਗੇ ਵੀ ਅਸੀਂ 25,000 ਨੌਕਰੀਆਂ ਦੇ ਦਿੱਤੀਆਂ। ਅਸਲੀ ਗੱਲ ਲੈਣ ਕਰੂਜ਼ਰ 'ਤੇ ਸਿਰਫ ਜਹਾਜ਼ ਦੀ ਸੀ, ਉਹ ਉਹਨਾਂ ਨੂੰ ਮਿਲ ਗਿਆ, ਉਹ ਝੂਟੇ ਲੈਣ ਦੋ 4 ਦਿਨ ਜਿਹੜੇ ਤੁਸੀਂ ਕਿਹਾ, ਇਹ 'ਚ ਕੋਈ ਸ਼ੱਕ ਨਹੀਂ, ਜਿਹੜਾ ਵੀ ਚਾਹੇ ਉਹ ਪੰਜਾਬ ਹੋਵੇ ਐਡੀ ਉਹਨਾਂ ਦੀ ਸੋਚ ਨਹੀਂ ਗੀ, ਨਾ ਉਹ ਇਸ ਮੁੱਦਿਆਂ 'ਤੇ ਉਹਨਾਂ ਨੂੰ ਸਮਝ ਆ, ਨਾ ਉਹਨਾਂ ਨੂੰ ਕੋਈ ਇਸ ਗੱਲ ਬਾਰੇ ਲੈਣਾ ਦੇਣਾ ਹੈ। ਉਹ ਤਾਂ ਗੱਲ ਕਰਕੇ ਹੁਣ ਮੈਂ ਉਹਨਾਂ 'ਤੇ ਹਜੇ ਮੈਂ ਦਿਖਾਉਣਾ ਨਹੀਂ ਚਾਹੁੰਦਾ ਵੀ ਕੀ ਵਾਅਦੇ ਸੀ, ਪਰ ਉਹਨਾਂ ਨੂੰ ਕਿਸੇ ਨੂੰ ਵੀ ਇਸ ਮੁੱਦੇ ਬਾਰੇ ਸਮਝ ਨਹੀਂ ਗੀ। ਦਿੱਲੀ ਜਾ ਕੇ ਕੀ ਬੋਲਣਾ ਹੈ, ਹਰਿਆਣੇ ਜਾ ਕੇ ਕੀ ਬੋਲਣਾ ਹੈ, ਪੰਜਾਬ ਜਾ ਕੇ ਕੀ ਬੋਲਣਾ ਹੈ, ਇਸ ਕਰਕੇ ਉਹ ਤਾਂ ਹਰੇਕ ਕੰਟਰਡਿਕਟ ਕਰਦੇ ਆ ਹਰ ਸਟੇਟਮੈਂਟ, ਇਸ ਕਰਕੇ ਹੋਰ 6 ਮਹੀਨੇ ਦੇਖ ਲਓ ਸਾਰਾ ਕੁਝ ਤੁਹਾਡੇ ਮੂਹਰੇ ਹੀ ਆਉਣਾ। ਸਰ ਇੱਕ ਸੀਐਮ ਸਾਹਿਬ ਦਾ ਬਿਆਨ ਆਇਆ, ਕਹਿੰਦੇ ਕਿ ਪਿਛਲੀਆਂ ਸਰਕਾਰਾਂ 3,00,000 ਕਰੋੜ ਦਾ ਕਰਜ਼ ਛੱਡ ਕੇ ਗਈਆਂ, ਅਸੀਂ ਜਲਦੀ ਉਹ ਰਿਕਵਰੀ ਕਰਾਵਾਂਗੇ। ਕਰੋ ਤਾਂ ਸਹੀ, ਕੁਛ ਤਾਂ ਕਰੋ। ਚੰਡੀਗੜ੍ਹ ਬੋਲੀਏ ਨਾ ਬੋਲੀਏ ਇਹ ਛੋਟੀਆਂ ਗੱਲਾਂ, ਚੰਡੀਗੜ੍ਹ ਮੈਂ ਤੁਹਾਨੂੰ ਉਰੇ ਕਹਿ ਦੇਣਾ ਕਿਸੇ ਮਾਈ ਦੇ ਲਾਲ 'ਚ ਹਿੰਮਤ ਨਹੀਂ ਗੀ, ਚੰਡੀਗੜ੍ਹ ਪੰਜਾਬ ਦਾ ਏ, ਪੰਜਾਬ ਦਾ ਹੀ ਰਹਿਣਾ ਏ, ਰੋਟੀਆਂ ਸਿੱਖਣੀਆਂ ਸਿਆਸੀ ਬੰਦਿਆਂ ਨੇ ਕਿਸੇ ਵੀ ਉਹ ਅਲੱਗ ਗੱਲ ਆ, ਪਰ ਇਹ ਸਿਰਫ ਮੀਡੀਆ ਦੇ ਵਿੱਚ ਐਵੇਂ ਲੀਡਰ ਗੱਲਾਂ ਜਿਹੜੀਆਂ ਬਣਾ ਕੇ ਫੋਕੀ ਸ਼ੁਰਤ ਲੈਣੀ ਹੁੰਦੀ ਆ ਲੈ ਲਏ। ਪੰਜਾਬ ਨਾ ਕਦੇ ਗਿਆ ਸੀ, ਨਾ ਪੰਜਾਬ ਕਦੇ, ਪੰਜਾਬ ਦਾ ਚੰਡੀਗੜ੍ਹ ਕਦੇ ਜਾਊਗਾ, ਇਹ ਮੈਂ ਤੁਹਾਨੂੰ ਜਿੰਨੀ ਕੁ ਮੇਰੀ ਸਮਝ ਆ ਨਾਲ ਮੈਂ ਤੁਹਾਨੂੰ ਸਕਦਾ ਵੀ ਇਹ ਸਵਾਲ ਇਹ ਜਵਾਬ ਇਹ ਬੇਮਹਿਨਾ ਹੈ, ਚੰਡੀਗੜ੍ਹ ਕਿਤੇ ਨਹੀਂ ਜਾ ਸਕਦਾ। ਉਹ ਤਾਂ ਰਣਨੀਤੀ ਸਾਨੂੰ ਤਿਆਰ ਕਰਨ ਦੀ ਤਾਂ ਲੋੜ ਹੀ ਨਹੀਂ ਪੈਣੀ, ਜੋ ਮਹੀਨੇ 'ਚ ਹੋਇਆ ਹੈ ਉਹ 6 ਮਹੀਨੇ 'ਚ ਤੁਹਾਡੇ ਮੂਹਰੇ ਆ ਜਾਊਗਾ। ਸਰ ਉਹਨਾਂ ਵੱਲੋਂ ਇੱਕ ਰਿਪੋਰਟ ਕਾਰਡ ਵੀ ਜਾਰੀ ਕੀਤਾ ਗਿਆ ਆਪਣਾ 1 ਮਹੀਨਾ ਕੰਪਲੀਟ ਹੋਣ 'ਤੇ। ਨਾ ਕਹਾ ਮੇਰੀ ਭੈਣ, ਅਜੇ ਮੈਂ ਕਹਿਣਾ ਵੀ ਕਾਹਨੂੰ ਹਜੇ ਕਹਿਣਾ, ਜੁੰਮਾ 4 ਦਿਨ ਹੋਏ ਆ ਅਜੇ ਤਾਂ, ਹੁਣ ਬਾਕੀ ਜੋ ਸੋਸ਼ਲ ਮੀਡੀਆ 'ਤੇ ਚੱਲ ਰਹੇ ਆ ਉਹ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਵੀ ਕੀ ਚੱਲ ਰਿਹਾ। ਇੱਕ ਗੱਲ ਕਹਿ ਕੇ ਮੁਕਾ ਦਿੰਦਾ, ਇਹਦਾ ਰਿਜ਼ਲਟ ਕੱਲ੍ਹ ਸਾਡੇ ਇੱਕ ਸਤਿਕਾਰਯੋਗ ਪੰਜਾਬ ਦੇ ਮੰਤਰੀ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਦੇ ਘਰ ਦੇ ਬਾਹਰ ਕੌਣ ਬੈਠਾ ਸੀ? ਆਮ ਆਦਮੀ ਵਾਲੇ ਬੈਠੇ ਸੀ। ਹੁਣ ਇਹ ਤੋਂ ਅੰਦਾਜ਼ਾ ਹੋਰ ਰਿਪੋਰਟ ਕਾਰਡ ਹੁਣ ਕੀ ਦੇਣਾ ਹੈ? ਲੰਬੀ 'ਚ ਉੱਥੇ ਦੇ MLA ਉਹਨਾਂ ਦੇ ਘਰ ਦੇ ਬਾਹਰ ਕੌਣ ਬੈਠਾ ਸੀ? ਆਮ ਆਦਮੀ ਵਾਲੇ। ਇਸ ਕਰਕੇ ਇਹ ਗੱਲਾਂ ਹਜੇ ਥੋੜ੍ਹਾ ਜਿਹਾ ਸਮਾਂ ਦੇਖੋ, ਮੌਸਮ ਦੇਖੋ, ਬੱਦਲਬਾਈ ਹੋਣ ਦਿਓ, ਤੁਹਾਡੇ ਮੂਹਰੇ ਫਸਲਾਂ ਦੀ ਰੁੱਤ ਆਉਣੀ ਆ, ਕਣਕ ਵੱਢੀ ਜਾਣੀ ਆ, ਝੋਨਾ ਲੱਗਣਾ। ਦੇਖੋ ਮੌਕਾ ਤਾਂ ਲੋਕਾਂ ਨੇ 5 ਸਾਲ ਲਈ ਦੇ ਦਿੱਤਾ, ਮੌਕਾ ਤਾਂ ਆਮ ਆਦਮੀ ਪਾਰਟੀ ਨੂੰ 5 ਸਾਲ ਲਈ ਲੋਕਾਂ ਨੇ ਦਿੱਤਾ, ਹੁਣ ਤਾਂ ਇਹ ਆ ਵੀ ਸਮੇਂ ਸਮੇਂ 'ਤੇ ਉਹ ਕੀ ਰੰਗ ਦਿਖਾਉਂਦੇ ਆ ਉਹਦੇ ਉੱਤੇ ਗੱਲ ਆਪਾਂ ਰੋਜ਼ ਕਰਦੇ ਰਹਾਂਗੇ।
ਹਜੇ ਦਿਨ ਬਹੁਤ ਥੋੜ੍ਹੇ ਹੋਏ ਅਤੇ 5 ਸਾਲ ਨੇ ਉਹਨਾਂ ਕੋਲ ਦੇਖੋ ਹਜੇ ਰੰਗ ਕਰਤਾਰ ਦੀ ਇਹ ਬਿਲਕੁਲ ਬਿਲਕੁਲ ਅੱਜ ਹੀ ਇੱਕ ਸਕੀਮ ਆ ਜਿਹੜੀ ਆ ਦੇਖੋ ਹਾਂ ਜੀ ਇੱਕ ਸਕੀਮ ਆ ਜਿਹੜੀ ਜਿਹਦਾ ਇਹ ਲਗਾਤਾਰ ਅਸੀਂ ਪਾਰਲੀਮੈਂਟ 'ਚ ਮੁੱਦੇ ਰੱਖਦੇ ਨੇ ਲਗਾਤਾਰ ਅਸੀਂ ਹਰ ਮੀਟਿੰਗ ਬੈਠੇ ਨੇ ਸਾਡੇ ਮੈਂਬਰ ਅੱਜ ਉਹਨੂੰ ਬੰਦ ਕਰ ਸਾਰੇ ਪਾਸੇ ਦਿਖਾ ਲੇਬਰ ਪੈਸਾ ਦਵਾਇਆ ਸੀ ਪਰ ਕਿਤੇ ਨਾ ਕਿਤੇ ਮੈਂ ਤੁਹਾਨੂੰ ਇੱਕ ਸਪਸ਼ਟ ਗੱਲ ਦੱਸ ਦਿੰਦਾ ਇਹ ਮੈਂ ਤੁਹਾਡੇ ਮੂਹਰੇ ਇਹ ਹਮੇਸ਼ਾ ਜਿਹੜੇ ਅਫਸਰ ਸਹਿਮਾਨ ਨੇ ਇਹ ਔਨ ਰਿਕਾਰਡ ਲੈ ਲੂਗਾ ਜਿਹੜੇ ਸਾਡੇ ਅਫਸਰ ਸਮਾਨ ਉਹਨਾਂ ਨੇ ਹਮੇਸ਼ਾ ਜਿਹੜੇ ਕਮੈਂਟਸ ਲਿਖੇ ਨੇ ਆਪਣੇ ਮੈਂ ਇਕੱਲੇ ਲੁਧਿਆਣੇ ਦੀ ਗੱਲ ਨਹੀਂ ਮੈਂ ਕਰਦਾ ਮੈਂ ਸਾਰੇ ਪੰਜਾਬ ਦੀ ਉਹ ਹਮੇਸ਼ਾ ਉਹਨਾਂ ਨੇ ਇਹ ਲਿਖਿਆ ਹੈ ਵੀ ਇਹ ਇੱਕ ਸਿਰਫ ਪੈਸੇ ਖਾਣ ਦਾ ਇੱਕ ਐਨ ਜੀ ਓ ਬਣਾ ਕੇ ਇਹ ਖਾਰਜ ਉਹ ਇੱਕ ਸੋਚ ਅਸੀਂ ਹਮੇਸ਼ਾ ਉਦੋਂ ਲੜਦੇ ਰਹੇ ਵੀ ਉਹ ਗਰੀਬ ਬੱਚੇ ਜਿਹੜੇ ਫੈਕਟਰੀਆਂ 'ਚ ਕੰਮ ਕਰਨ ਤੋਂ ਉਹਨਾਂ ਨੂੰ ਉੱਥੇ ਜਿਹੜੇ ਕਿ ਬੜੇ ਆ ਜੇ ਕੋਈ 8ਵੀਂ ਦੀ ਉਮਰ ਦਾ ਬੱਚਾ ਹੈ ਜੇ ਉਹਨੂੰ ਮੇਨ ਸਕੂਲ 'ਚ ਲਾਉਂਦੇ ਹਾਂ ਲਿਜਾ ਕੇ ਤਾਂ ਉੱਥੇ ਜੇ ਉਹਨੂੰ 8ਵੀਂ ਦੀ ਉਮਰ ਆ ਜਿਹੜੀ ਆਮ ਅਤੇ ਉਹਨੂੰ ਦੂਜੇ ਸਕੂਲ 'ਚ ਨਰਸਰੀ 'ਚ ਬਿਠਾਉਂਦੇ ਹਾਂ ਲਿਜਾ ਕੇ ਤਾਂ ਉਹਨੂੰ ਬੱਚੇ ਛੇੜਦੇ ਆ ਉਹ ਬਹਿ ਨਹੀਂ ਸਕਦਾ ਜੇ ਉਹਨੂੰ ਇਹੋ ਜਿਹੇ ਸਕੂਲ ਨੇ ਜਿੱਥੇ ਚਾਹੇ ਉਹ 15 ਸਾਲ ਦਾ 20 ਸਾਲ ਦਾ ਉਹਦੀ ਪੜ੍ਹਾਈ ਨਰਸਰੀ ਤੋਂ ਸ਼ੁਰੂ ਕਰਾਉਂਦੇ ਆ ਐਵੇਂ ਤਾਂ ਨਹੀਂ ਸਕੂਲ ਤਿਆਰ ਕਰਾਏ ਸੀ ਅਤੇ ਇਸ ਕਰਕੇ ਪਰ ਹਮੇਸ਼ਾ ਕੋਸ਼ਿਸ਼ ਇਹ ਰਹੀ ਵੀ ਇਹਨਾਂ ਨੂੰ ਬੰਦ ਕਰਾਇਆ ਜਾਵੇ ਕਿਤੇ ਨਾ ਕਿਤੇ ਇਹਦੇ ਵਿੱਚ ਉਹਨਾਂ ਦੀ ਜਿੱਤ ਹੋਈ ਅੱਜ ਦੇ ਸਮੇਂ 'ਚ ਕੋਸ਼ਿਸ਼ ਦੁਬਾਰਾ ਕਰਾਂਗੇ ਮੰਤਰੀ ਤੱਕ ਅਪਰੋਚ ਕਰਾਂਗੇ ਸਮਝਾਵਾਂਗੇ ਵੀ ਇਹ ਇਹ ਸਕੀਮ ਨੂੰ ਦੁਬਾਰਾ ਚਲਾਇਆ ਜਾਵੇ ਜਾਂ ਇਹਦਾ ਨਵਾਂ ਰੂਪ ਦੇ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹ ਐਡੀਆਂ ਬਿਲਡਿੰਗਾਂ ਖੜੀਆਂ ਐਡੀਆਂ ਇਮਾਰਤਾਂ ਖੜੀਆਂ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਟੀਚਰਾਂ ਨੇ ਉਹਨਾਂ ਦੇ ਘਰ ਪਰਿਵਾਰ ਚੱਲਦੇ ਆ ਇੱਕਦਮ ਤੁਸੀਂ ਸਾਰਾ ਕੁਝ ਬੰਦ ਕਰ ਦੋਗੇ ਇਸ ਕਰਕੇ ਇਹਦਾ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਇਹਦੇ ਬਾਰੇ ਲਿਖਾਂਗੇ ਵੀ ਇਹਦੀ ਗੱਲ ਮੰਤਰੀ ਜੀ ਤੱਕ ਪਾਰਲੀਮੈਂਟ 'ਚ ਹੋਵੇ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ 'ਚ ਅਨਬਨ ਵਿਦੇਸ਼ 'ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84 374 94 647 84 374 94 648 ਬਾਬਾ ਫਤਿਹ ਖਾਨ ਪੰਜਾਬ ਦੇ ਨੰਬਰ 1 ਤਾਂਤਰਿਕ ਬੰਗਾਲ ਤੋਂ ਸਿੱਧੀ ਪ੍ਰਾਪਤ ਪੱਕਾ ਕੰਮ ਪੱਕਾ ਹੱਲ 101% ਗਰੰਟੀ ਅਸਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਨਪਨ ਜਾਦੂ ਟੋਨਾ ਲਵ ਮੈਰਿਜ ਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਸੰਪਰਕ ਕਰੋ ਬਾਬਾ ਫਤਿਹ ਖਾਨ 99 586 35 478